ਸ਼੍ਰੀ ਰਾਮ ਜੈ ਸ਼੍ਰੀ ਰਾਮ। ਸੋ ਦੋਸਤੋ, ਰਾਮ ਲੱਲਾ ਦੇ ਆਗਮਨ ਨੂੰ ਲੈ ਕੇ ਪੂਰੀ ਦੁਨੀਆ ਤੇ ਅਯੋਧਿਆ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਨਜ਼ਾਰਾ ਜਿਹੜਾ ਦੇਖਣ ਨੂੰ ਮਿਲਿਆ, ਲੇਕਿਨ ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਦੀ ਗੱਲ ਕਰਾਂ ਸੋ ਮੈਡਿੰਗ ਇਨਕਲੇਵ ਦੇ ਵਿੱਚ ਵੀ ਇਸ ਤਰ੍ਹਾਂ ਦਾ ਜਿਹੜਾ ਦ੍ਰਿਸ਼ ਦੇਖਣ ਨੂੰ ਮਿਲ ਰਿਹਾ, ਪੂਰੇ ਘਰ ਜਿਹੜੇ ਆ ਉਹ ਬਿਲਕੁਲ ਰੰਗ ਬਿਰੰਗੀ ਲਾਈਟਾਂ ਨਾਲ ਸਜੇ ਹੋਏ, ਪੂਰੀ ਮੈਡਿਕ ਇਨਕਲੇਵ ਤੁਸੀਂ ਦੂਰ ਤੱਕ ਜਿਹੜੀ ਤਸਵੀਰਾਂ ਦੇਖੋਗੇ ਕਿਸ ਤਰ੍ਹਾਂ ਬਿਲਕੁਲ ਦੀਪਾਵਲੀ ਵਰਗਾ ਜਿਹੜੀ ਹੈ ਸੱਜ ਗਈ ਹੈ। ਰਾਮ ਲੀਲਾ 22 ਜਨਵਰੀ ਜਿਹੜਾ ਇਤਿਹਾਸਿਕ ਦਿਨ ਆ ਉਸਦੇ ਆਗਮਨ ਨੂੰ ਲੈ ਕੇ ਜਿਹੜਾ ਵਾ ਬਿਲਕੁਲ ਗੌਤਮ ਅਰੋੜਾ ਜਿਹੜੇ ਕਿ ਭਾਜਪਾ ਪੰਜਾਬ ਯੁਵਾ ਮੋਰਚਾ ਦੇ ਉਪਾਧਿਅਕਸ਼ ਹੈਗੇ ਆ, ਉਹਨਾਂ ਦੇ ਨਾਲ ਮੈਡਿਕ ਇਨਕਲੇਵ ਦੇ ਸਾਰੇ ਵਾਸੀ ਜਿਹੜੇ ਹੈਗੇ ਆ ਉਹ ਬਿਲਕੁਲ ਰਾਮਮਈ ਦੇ ਵਿੱਚ ਰੰਗੇ ਹੋਏ। ਸੋ ਗੱਲ ਕਰਾਂਗੇ ਗੌਤਮ ਜੀ, ਪੂਰੀ ਦੁਨੀਆ ਦੀ ਨਜ਼ਰ 22 ਜਨਵਰੀ ਨੂੰ, ਲੇਕਿਨ ਉਸ ਤੋਂ ਪਹਿਲਾਂ ਪੂਰੀ ਦੁਨੀਆ ਪੂਰੇ ਦੇਸ਼ ਦੇ ਵਿੱਚ ਦੀਪਾਵਲੀ ਦਾ ਮਾਹੌਲ। ਓਮ ਜੀ, 500 ਸਾਲਾਂ ਬਾਅਦ ਜਿਹੜਾ ਰਾਮ ਲੱਲਾ ਜੀ ਆਪਣੇ ਮੰਦਰ 'ਚ ਵਿਰਾਜਮਾਨ ਹੋਣ ਜਾ ਰਹੇ ਨੇ, 22 ਤਰੀਕ ਦਾ ਇਤਿਹਾਸਿਕ ਦਿਨ ਹੈ, ਅਸੀਂ ਬੜੇ ਖੁਸ਼ਕਿਸਮਤ ਹਾਂ ਕਿ ਸਾਨੂੰ ਇਹ ਦਿਨ ਵੇਖਣ ਨੂੰ ਮਿਲ ਰਿਹਾ ਹੈ। ਸਾਡੇ ਬਜ਼ੁਰਗਾਂ ਨੇ ਇਹਦਾ ਸੰਘਰਸ਼ ਵੇਖਿਆ, ਅਸੀਂ ਖੁਸ਼ਕਿਸਮਤ ਹਾਂ ਕਿ ਸਾਨੂੰ ਇਹਦੀ ਖੁਸ਼ੀ ਵੇਖਣ ਨੂੰ ਮਿਲੀ ਹੈ। ਸੋ ਅਸੀਂ ਇਸ ਮੌਕੇ ਨੂੰ ਬੜੀ ਧੂਮਧਾਮ ਨਾਲ ਮਨਾ ਰਹੇ ਹਾਂ, ਸਮੂਹ ਮੈਡਮ ਕੇਮ ਦੇ ਰਾਮ ਭਗਤਾਂ ਦੇ ਸਹਿਯੋਗ ਦੇ ਨਾਲ, ਮੇਰੇ ਨਾਲ ਮੇਰੇ ਵੱਡੇ ਵੀਰ ਖਲੋਤੇ ਨੇ ਸਾਰੇ, ਇਹਨਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਮੈਡਮ ਕੇਮ ਦੇ ਵਿੱਚ ਪੂਰੀ ਜਗਮਗ ਦੀਪਾਵਲੀ ਮਨਾ ਰਹੇ ਹਾਂ, ਲੰਗਰ ਲਗਾ ਰਹੇ ਹਾਂ, ਅਧਿਵੇਸ਼ ਚਲਾ ਰਹੇ ਹਾਂ। ਬਹੁਤ ਅੱਛਾ ਮਾਹੌਲ ਹੈ ਪੂਰੇ ਹਿੰਦੁਸਤਾਨ 'ਚ ਕਿ ਪੂਰੇ ਪੰਜਾਬ ਸਭ ਜਗ੍ਹਾ ਪੂਰਾ ਬਹੁਤ ਅੱਛਾ ਮਾਹੌਲ ਹੈ। ਸੋ ਬਿਲਕੁਲ, ਜੇਕਰ ਗੱਲ ਕਰੀਏ ਸੋ ਗੌਤਮ ਜੀ, ਦੀਪਾਵਲੀ ਵਰਗਾ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ ਵਾ, ਹਰ ਕਿਸੇ ਦੇ ਨਾਂ 'ਤੇ 'ਚ ਰਾਮਲੀਲਾ ਦੇ ਸਵਾਗਤ ਲਈ ਜੈ ਸ਼੍ਰੀ ਰਾਮ ਦੇ ਨਾਰੇ ਦੇਖਣ ਨੂੰ ਮਿਲ ਰਹੇ ਆ। ਜੈ ਸ਼੍ਰੀ ਰਾਮ, ਦੇਖੋ ਰਾਮ ਜੀ ਸਾਰਿਆਂ ਦੇ ਨੇ, ਅਸੀਂ ਰਾਮ ਦੇ, ਰਾਮ ਸਾਡੇ ਨੇ। ਸੋ ਇਹ ਇੱਕ ਕਿਸੇ ਕਮਿਊਨਿਟੀ ਦਾ ਤਿਉਹਾਰ ਨਹੀਂ ਹੈ, ਇਹ ਦੀਪਾਵਲੀ ਤੋਂ ਵੱਡਾ ਤਿਉਹਾਰ ਹੈ ਜੋ ਸਾਰੇ ਸਮੂਹ, ਸਾਰੀ ਕਮਿਊਨਿਟੀ ਸਾਰੇ ਇਕੱਠੇ ਹੋ ਕੇ ਮਨਾ ਰਹੇ ਨੇ। ਮੈਡਿਕ ਇਨਕਲੇਵ ਦੇ ਵਿੱਚ ਮਾਹੌਲ ਜਿਹੜਾ ਵਾ ਅਲੱਗ ਦੇਖਣ ਨੂੰ ਮਿਲ ਰਿਹਾ ਵਾ, ਉਹਦੀ ਤਸਵੀਰਾਂ ਜਿਹੜੀ ਨਜ਼ਰ ਆ ਰਹੀਆਂ। ਮੈਡਿਕ ਇਨਕਲੇਵ ਦੇ ਵਿੱਚ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ, ਇਸ ਤੋਂ ਵੀ ਅੱਛੀਆਂ ਤਸਵੀਰਾਂ 22 ਤਰੀਕ ਤੁਸੀਂ ਵੇਖੋਗੇ। 22 ਤਰੀਕ ਨੂੰ ਇੱਥੇ ਆਤਿਸ਼ਬਾਜ਼ੀ ਹੋਣ ਜਾ ਰਹੀ ਹੈ, 22 ਤਰੀਕ ਨੂੰ ਇੱਥੇ ਅਸੀਂ ਲੰਗਰ ਲਗਾਉਣ ਜਾ ਰਹੇ ਹਾਂ, ਇਹ ਸਮੂਹ ਜਿਹੜੇ ਸਾਰੇ ਖਲੋਤੇ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਸਭ ਕੁਝ ਹੋਣ ਜਾ ਰਿਹਾ। ਬਿਲਕੁਲ, ਤੁਹਾਡੇ ਕੋਲ ਆਵਾਂਗਾ, ਲੇਕਿਨ ਉਸ ਤੋਂ ਪਹਿਲਾਂ ਲੇਡੀਜ਼ ਵੀ ਇੱਥੇ ਹੈਗੇ ਜਿਹੜੇ ਕਿ ਇੱਕ ਮਾਹੌਲ ਦੇ ਵਿੱਚ ਨਜ਼ਰ ਆ ਰਹੇ ਆ। ਸੋ ਰਾਮ ਦੀ ਤਸਵੀਰ ਜਦੋਂ, ਰਾਮ ਦਾ ਨਾਮ ਜਦੋਂ ਆਉਂਦਾ ਤਾਂ ਤਸਵੀਰਾਂ ਦੇ ਵਿੱਚ ਜਿਹੜੀ ਆ ਉਹ ਮੁਸਕਰਾਹਟ ਨਜ਼ਰ ਆ ਰਹੀ, ਸਵਾਗਤ ਦੀ ਝਲਕ ਜਿਹੜੀ ਆ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹੈ। ਇਹ ਬਹੁਤ ਹੀ ਅੱਛਾ ਦਿਨ ਹੈ ਜਿਸ ਦਿਨ ਅਸੀਂ ਸਾਰੇ ਜਿਹਨੇ ਮਿਲ ਕੇ, ਸਾਰੇ ਕਲੋਨੀ ਵਾਸੀ ਮਿਲ ਕੇ ਇਸ ਉਤਸਵ ਨੂੰ ਮਨਾ ਰਹੇ ਹਾਂ। ਇਹਦੇ ਵਿੱਚ ਹਰ ਕੌਮ ਦੇ ਲੋਕ ਸਾਡੇ ਨਾਲ ਆ ਕੇ ਖੜ੍ਹੇ ਹਨ, ਔਰ ਅਸੀਂ ਬੜੇ ਅਭਿਮਾਨ ਨਾਲ ਕਹਿ ਸਕਦੇ ਹਾਂ ਕਿ ਸ਼੍ਰੀ ਰਾਮ ਜੀ ਦਾ ਅਸੀਂ ਸਵਾਗਤ ਕਰ ਰਹੇ ਹਾਂ। ਸੋ ਬਿਲਕੁਲ, ਹਰ ਕੋਈ ਸਵਾਗਤ ਕਰ ਰਿਹਾ, ਅਸੀਂ ਤੁਸੀਂ ਸਭ ਸਵਾਗਤ ਕਰ ਰਹੇ ਇਤਿਹਾਸਿਕ ਦਿਨ ਦੀ। ਹੈਪੀ ਜੀ ਮੁਜੂਨ, ਹੈਪੀ ਜੀ ਮੈਡਿੰਗ ਅਗਲੇ ਦੇ ਵਿੱਚ ਦੀਵਾਲੀ ਦਾ ਜਿਹੜਾ ਮਾਹੌਲ ਜਿਹੜਾ ਵਾ ਅੱਜ ਤੋਂ ਜਿਹੜਾ ਦੇਖਣ ਨੂੰ ਮਿਲ ਰਿਹਾ, ਔਰ 22 ਤਰੀਕ ਨੂੰ ਤਾਂ ਨਜ਼ਾਰੇ ਅਲੱਗ ਹੋਏਗਾ। 22 ਤਰੀਕ ਨੂੰ ਜੀ ਇੱਕ ਬਹੁਤ ਭਵਿਆ ਆਯੋਜਨ ਜਿਹੜਾ ਵਾ ਮੈਡਿਕ ਇਨਕਲੇਵ ਵੱਲੋਂ ਕੀਤਾ ਜਾ ਰਿਹਾ ਹੈ, ਜਿਹੜੇ ਮੇਰੇ ਖਿਆਲ ਕੀ ਹੈ ਲੋਕਾਂ ਨੇ, ਅਸੀਂ ਦੀਵਾਲੀ ਤੋਂ ਬਾਅਦ ਇਹਨੂੰ ਸੈਲੀਬ੍ਰੇਟ ਕਰਾਂਗੇ, ਕਿਉਂਕਿ ਅਸੀਂ ਜਦੋਂ ਸੁਣਦੇ ਹਾਂ ਕਿ ਉਦੋਂ ਸ਼੍ਰੀ ਰਾਮ ਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਆਏ ਸੀ, ਹੁਣ ਸ਼੍ਰੀ ਰਾਮ ਚੰਦਰ ਜੀ ਇਸ ਮੰਦਿਰ 'ਚ 500 ਸਾਲ ਬਾਅਦ ਆ ਰਹੇ ਹੈ, ਸਾਡੇ ਲਈ ਬਹੁਤ ਖੁਸ਼ਕਿਸਮਤੀ ਦਾ ਦਿਨ ਹੈ। ਸੋ ਇਤਿਹਾਸਿਕ ਦਿਨ, 500 ਵਰਸ਼ ਦਾ ਜਿਹੜਾ ਸੰਘਰਸ਼ ਹੈਗਾ, ਇਤਿਹਾਸਿਕ ਦਿਨ, ਦੀਪਾਵਲੀ ਵਾਲਾ ਮਾਹੌਲ ਮੈਡਿਕ ਇਨਕਲੇਵ ਦੇ ਵਿੱਚ। ਬਿਲਕੁਲ ਬਿਲਕੁਲ, ਬੜੇ ਜ਼ੋਰ ਸ਼ੋਰ ਨਾਲ ਅਸੀਂ ਦੀਪਾਵਲੀ ਮਨਾ ਰਹੇ ਹਾਂ ਜੀ, ਸਾਰੇ ਮੈਡਿਕ ਇਨਕਲੇਵ ਦੇ ਨਿਵਾਸੀ ਜੈ ਸ਼੍ਰੀ ਰਾਮ ਦੇ ਨਾਰੇ ਲਾਵਾਂਗੇ। ਜੈ ਸ਼੍ਰੀ ਰਾਮ ਜੀ ਆਪਣੇ ਮੰਦਰ 'ਚ ਵਿਰਾਜਮਾਨ ਹੋਣ ਜਾ ਰਹੇ ਨੇ, ਅਤੇ ਅਸੀਂ ਸਾਰੇ ਲੋਕ ਉਹਨਾਂ ਦਾ ਬੜੇ ਤਹਿ ਦਿਲ ਨਾਲ ਸਵਾਗਤ ਕਰਾਂਗੇ, ਸਾਰੇ ਮੈਡੀਕਲ ਇਨਕਲੇਵ ਦੇ ਨਿਵਾਸੀ। ਬਿਲਕੁਲ, ਮੈਡੀਕਲ ਇਨਕਲੇਵ ਦੇ ਨਿਵਾਸੀ, ਔਰ ਉੱਥੇ ਹੋਰ ਲੇਡੀਜ਼ ਉੱਥੇ ਮੌਜੂਦ। ਕੀ ਨਾਮ ਹੈ ਤੁਹਾਡਾ ਜੀ? ਅਨੂ ਸ਼ਰਮਾ। ਸੋ ਅਨੂ ਜੀ, ਕਿਸ ਤਰ੍ਹਾਂ ਲੱਗ ਰਿਹਾ ਜਦੋਂ ਇੱਕ ਇਤਿਹਾਸਿਕ ਦਿਨ ਦੇ ਅਸੀਂ ਸਾਕਸ਼ੀ ਬਣਾਂਗੇ? ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ, ਸਾਰਾ ਮੈਡੀਕਲ ਇਨਕਲੇਵ ਬੜਾ ਖੁਸ਼ ਹੈਗਾ, ਬੜੇ ਉਤਸ਼ਾਹ ਨਾਲ ਸਾਰਾ ਮੈਡੀਕਲ ਇਨਕਲੇਵ ਮਿਲਾ ਰਿਹਾ ਹੈਗਾ, ਤਾਂ ਇਸ ਦਿਨ ਨੂੰ ਅਸੀਂ ਸਾਰੇ ਬਹੁਤ ਖੁਸ਼ ਹੈਗੇ ਹਾਂ। ਬਿਲਕੁਲ, ਹਰ ਕੋਈ ਖੁਸ਼ ਹੈ। ਸੋ ਗੌਤਮ ਜੀ, ਇੱਥੇ ਇੱਕ ਭਾਈਚਾਰਕ ਸਾਂਝ ਦੇਖਣ ਨੂੰ ਮਿਲ ਰਹੀ ਹੈ, ਹਰ ਧਰਮ ਜਿਹੜਾ ਹੈਗਾ ਵਾ ਉਹ ਭਗਵਾਨ ਰਾਮ ਦੇ ਰੰਗ ਦੇ ਵਿੱਚ ਰੰਗਿਆ ਹੋਇਆ। ਦੇਖੋ ਜੀ, ਇਕੱਲਾ ਇੱਥੇ ਨਹੀਂ, ਅਯੋਧਿਆ ਜਿੱਥੇ ਰਾਮ ਲੱਲਾ ਜੀ ਆਪਣਾ ਸਥਾਨ ਲੈਣ ਜਾ ਰਹੇ ਨੇ, ਉੱਥੇ ਵੀ ਹਰ ਕਮਿਊਨਿਟੀ ਦੇ ਲੋਕ ਲੰਗਰ ਲਗਾ ਰਹੇ ਨੇ।
ਕਈ ਕਮਿਊਨਿਟੀ ਦਾ ਇੱਕ ਇੱਕ ਮਹੀਨਾ ਲੰਗਰ ਉੱਥੇ ਲਗਾ ਰਹੀ, ਕਈ ਮੁਸਲਿਮ ਭਾਈਚਾਰੇ ਦੇ ਲੋਕ ਲੰਗਰ ਲਗਾ ਰਹੇ ਨੇ। ਸੋ ਇਹ ਤਿਉਹਾਰ ਇਕੱਲਾ ਹਿੰਦੂਆਂ ਦਾ ਨਹੀਂ ਹੈ, ਸਭ ਕਮਿਊਨਿਟੀ ਦਾ ਤਿਉਹਾਰ ਹੈ, ਇਹ ਸਭ ਰਲ ਮਿਲ ਕੇ ਮਨਾ ਰਹੇ ਨੇ। ਅਤੇ ਮੈਂ ਸਾਰਿਆਂ ਅਪੀਲ ਕਰਦਾ ਪੰਜਾਬ ਵਾਸੀਆਂ ਨੂੰ, ਅੰਮ੍ਰਿਤਸਰ ਵਾਸੀਆਂ ਨੂੰ, ਖਾਸ ਤੌਰ 'ਤੇ ਮੈਡਿੰਗ ਦੇ ਵਾਸੀਆਂ ਨੂੰ ਕਿ ਆਪਣੇ ਆਪਣੇ ਘਰ ਉਸ ਦਿਨ ਦੀਪਮਾਲਾ ਜ਼ਰੂਰ ਕਰਨ, ਆਪਣੇ ਘਰ ਦੀ ਲਾਈਟਿੰਗ ਜ਼ਰੂਰ ਲਗਾਉਣ। ਸੋ ਸਾਰੇ ਸਵੇਰੇ 11 ਵਜੇ ਪ੍ਰਾਮ ਪ੍ਰਤਿਸ਼ਠਾ ਕਰਕੇ ਆਪਣੇ ਘਰ ਘਰ ਬਹਿ ਕੇ ਜ਼ਰੂਰ ਵੇਖਣ। ਗੌਤਮ ਜੀ, ਤੁਹਾਡੇ ਜੀਵਨ ਕਾਲ ਦਾ ਸਭ ਤੋਂ ਇਤਿਹਾਸਿਕ ਦਿਨ, 500 ਸਾਲਾਂ ਬਾਅਦ ਰਾਮ ਜੀ ਆਪਣੇ ਸਥਾਨ 'ਤੇ ਜਾ ਰਹੇ ਨੇ, ਇਹ ਸਾਡੇ ਬਜ਼ੁਰਗਾਂ ਨੇ ਨਹੀਂ ਵੇਖਿਆ, ਸਾਨੂੰ ਵੇਖਣ ਨੂੰ ਮਿਲ ਰਿਹਾ ਇਹ ਤਿਉਹਾਰ, ਅਸੀਂ ਬਹੁਤ ਖੁਸ਼ਕਿਸਮਤ ਹਾਂ। ਸੋ ਬਿਲਕੁਲ ਖੁਸ਼ਕਿਸਮਤ, ਔਰ ਬਿਲਕੁਲ ਗੌਤਮ ਅਰੋੜਾ ਔਰ ਉਹਨਾਂ ਦੀ ਬੁੜਕੀ ਟੀਮ ਜਿਹੜੀ ਆ ਬਿਲਕੁਲ ਮੈਡਿੰਗ ਇਨਕਲੇਵ ਦੇ ਵਿੱਚ ਹਰ ਤਰਫ ਜਿਹੜਾ ਵਾ ਬਿਲਕੁਲ ਉਹ ਰਾਮਮਈ ਜਿਹੜਾ ਵਾ ਨਜ਼ਰ ਆ ਰਿਹਾ ਵਾ। ਸੋ ਬਿਲਕੁਲ ਔਰ ਲੋਕ ਜਿਹੜੇ ਆ ਹਰ ਤਰਫ ਜਿਹੜੇ ਆ ਬਿਲਕੁਲ ਬਿਲਕੁਲ ਰਾਮ ਦੇ ਰੰਗ ਦੇ ਵਿੱਚ ਨਜ਼ਰ ਆ ਰਹੇ ਆ। ਸੋ ਜਕਾਰੇ ਲਾਏ ਜਾ ਰਹੇ ਆ, ਭਗਵਾਨ ਜੈ ਸ਼੍ਰੀ ਰਾਮ ਦੇ ਹਰ ਤਰਫ ਜਿਹੜੇ ਆ ਬਿਲਕੁਲ ਜਕਾਰੇ ਲਾਏ ਜਾ ਰਹੇ, ਔਰ ਰੰਗ ਬਿਰੰਗੀ ਜਿਹੜੀ ਲਾਈਟਾਂ ਹੈਗੀਆਂ ਵਾ ਔਰ ਆਤਿਸ਼ਬਾਜ਼ੀ ਦਾ ਬਹੁਤ ਦਿਓ ਭਵ ਜਿਹੜਾ ਮਾਹੌਲ ਮਿਲੇਗਾ, ਉੱਥੇ ਹੀ ਜਿਹੜੇ ਆ ਹਰ ਘਰ ਦੇ ਵਿੱਚ ਦੀਪ ਚੱਲਣਗੇ। ਮੈਡਿੰਗ ਕਲੀਅਰ ਦੇ ਜੋ ਜੋ ਆਯੋਜਨ ਕੀਤੇ ਨੇ, ਅਸੀਂ ਤਾਂ ਹੁਣ ਤੱਕ ਲੜੀਆਂ ਲਗਾਈਆਂ ਪੂਰੀ ਮੈਡਿੰਗ ਕਲੀਅਰ 'ਚ, ਉਸ ਦਿਨ ਲੰਗਰ ਦਾ ਵੀ ਆਯੋਜਨ ਕੀਤਾ ਜਾਏਗਾ, ਸਵੇਰੇ 11 ਤੋਂ ਚਾਲੂ ਹੋ ਜਾਏਗਾ, ਪਹਿਲੇ ਚਾਹ ਲੰਗਰ ਦਾ, ਉਸ ਤੋਂ ਬਾਅਦ ਨਿਊਟਰੀ ਕੁਲਚੇ ਦਾ ਸਥਾਨ ਹੋਏਗਾ, ਉਸ ਤੋਂ ਬਾਅਦ ਕੜਾਹ ਮੱਠੀ ਲਗਾਇਆ ਜਾਏਗਾ, ਪੂਰਾ ਦਿਨ ਲੰਗਰ ਚੱਲੇਗਾ ਜਦੋਂ ਤੱਕ ਰਾਮ ਜੀ ਦੀ ਇੱਛਾ ਹੋਏਗੀ। ਗੌਤਮ ਜੀ, ਮੈਂ ਇੱਕ ਹੋਰ ਤਸਵੀਰ ਦੇਖੀ ਹੈ, ਲੰਗਰ ਤਾਂ ਚੱਲੇਗਾ ਲੇਕਿਨ ਲੋਕ ਜਿਹੜੇ ਆ ਭਗਵੇ ਜਿਹੜੇ ਆ ਭਗਵਾਨ ਰਾਮ ਦੇ ਜਿਹੜੇ ਭਗਵੇ ਜਿਹੜੇ ਝੰਡੇ ਹੈਗੇ ਉਹਦਾ ਬੜੀ ਡਿਮਾਂਡ ਕਰ ਰਹੇ, ਉਹ ਵੀ ਇੱਕ ਹਿਸਾਬ ਨਾਲ ਲੰਗਰ ਵਾਂਗ ਮੰਗ ਰਹੇ ਆ। ਓਮ ਜੀ, ਅਸੀਂ ਜਦੋਂ ਹੁਣੇ ਖਲੋਤੇ ਸੀ ਇੱਥੇ, ਤੁਹਾਡੇ ਸਾਹਮਣੇ ਘੱਟੋ ਘੱਟ 10 ਤੋਂ 15 ਲੋਕ ਸਾਡੇ ਕੋਲ ਝੰਡੇ ਡਿਮਾਂਡ ਕਰਕੇ ਸਾਡੇ ਕੋਲ ਲੈ ਕੇ ਗਏ ਨੇ। ਸੋ ਇਹ ਪੂਰੇ ਹਿੰਦੁਸਤਾਨ 'ਚ, ਪੂਰੇ ਵਰਲਡ 'ਚ ਡਿਮਾਂਡ ਹੈ, ਅਮਰੀਕਾ 'ਚ ਵੀ ਮੈਂ ਵੇਖੀਆਂ ਨੇ, ਉੱਥੇ ਵੀ ਰੈਲੀਆਂ ਨਿਕਲੀਆਂ ਨੇ ਰਾਮ ਜੀ ਦੇ ਨਾਮ 'ਤੇ। ਸੋ ਇਹ ਰਾਮ ਜੀ ਦੇ ਨਾਮ 'ਤੇ ਸਭ ਲੋਕ ਇਕੱਠੇ ਨੇ। ਅਯੋਧਿਆ ਦੇ ਵਿੱਚ ਤਾਂ ਪੈਰ ਰੱਖਣ ਦੀ ਜਗ੍ਹਾ ਨਹੀਂ ਹੈਗੀ, ਉਹ ਕਹਿੰਦੇ ਕੱਲ੍ਹ ਤੋਂ। ਸੋ ਅਸੀਂ ਇਸੇ ਲੋਕਾਂ ਨੂੰ ਇਸੇ ਕਰਕੇ ਕਹਿ ਰਹੇ ਕਿ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਰਾਮ ਜੀ ਦੀ ਪ੍ਰਾਮ ਪ੍ਰਤਿਸ਼ਠਾ ਵੇਖਣ। ਸੋ ਹੈਪੀ ਜੀ, ਭਗਵਾਨ ਰਾਮ ਜੀ ਦੇ ਇਤਿਹਾਸਿਕ ਪਲ ਜਿਹਦੇ ਸਾਰੇ ਸਾਕਸ਼ੀ ਬਣਾਂਗੇ। ਸੋ ਮੈਡਿੰਗ ਇਨਕਲੇਵ ਦੇ ਵਿੱਚ ਜੋ ਮਾਹੌਲ ਹੈਗਾ ਉਹ ਤਾਂ ਦੇਖਣ ਨੂੰ ਮਿਲ ਰਿਹਾ, ਤੁਸੀਂ ਦੱਸਿਆ ਵੀ। ਸੋ ਕੀ ਕਹਿਣਾ ਚਾਹੋਗੇ ਲੋਕਾਂ ਨੂੰ 22 ਜਨਵਰੀ ਨੂੰ ਲੈ ਕੇ? 22 ਜਨਵਰੀ ਨੂੰ ਜੀ, ਜਿਹੜੇ ਇਸ ਯੁੱਗ 'ਚ ਜੀ ਰਹੇ ਹਾਂ ਅਸੀਂ ਬਹੁਤ ਸੁਭਾਗਿਆਸ਼ਾਲੀ ਹਾਂ। ਪਹਿਲੇ ਸਾਡੇ ਬਜ਼ੁਰਗ ਇਸ ਦਿਨ ਨੂੰ ਵੇਖ ਨਹੀਂ ਆਏ, ਉਹਨਾਂ ਦੀਆਂ ਕੁਰਬਾਨੀਆਂ ਰਹੀਆਂ, ਲੋਕ ਲੜਦੇ ਰਹੇ, ਅਸੀਂ ਬਹੁਤ ਵੱਡੇ ਸੁਭਾਗਿਆਸ਼ਾਲੀ ਹਾਂ ਕਿ ਸਾਨੂੰ ਇਸ ਦਿਨ ਵੇਖਣ ਨੂੰ ਮਿਲ ਰਿਹਾ ਜਿਹੜਾ ਅਸੀਂ ਬਚਪਨ ਤੋਂ ਸੋਚ ਰਹੇ ਸੀ। ਇਸ ਦਿਨ ਸਾਡੇ ਧਰਮ ਲਈ ਬਹੁਤ ਵੱਡਾ ਦਿਨ ਹੈ ਅਤੇ ਲੋਕ ਇਹਨੂੰ ਪੂਰਾ ਦੀਵਾਲੀ ਵਾਂਗ ਲਾਈਟਿੰਗ ਕਰ, ਸੁਪਨਾ ਪੂਰਾ ਆਇਆ, ਸੁਪਨਾ ਪੂਰਾ ਆਇਆ ਜੀ, ਬਿਲਕੁਲ ਸੁਪਨਾ ਪੂਰਾ ਆਇਆ। ਔਰ ਜੈ ਸ਼੍ਰੀ ਰਾਮ, ਹਰ ਥਾਂ ਪੂਰੀ ਦੁਨੀਆ ਦੇ ਵਿੱਚ ਹਰ ਜਗ੍ਹਾ ਭਗਵਾਨ ਰਾਮ ਜੀ ਦੇ ਜਕਾਰੇ ਲੱਗ ਰਹੇ ਆ, ਹਰ ਜਗ੍ਹਾ ਰਾਮਮਈ ਹੋਈ ਪਈ ਹੈ। ਮੈਡੀਕਲ ਇਨਕਲੇਵ ਅੰਮ੍ਰਿਤਸਰ ਦਾ ਜਿਹੜਾ ਵਾ ਉਹ ਮੁਰਕ ਰਾਮਮਈ ਹੋਇਆ ਪਿਆ ਵਾ, ਹਰ ਤਰਫ ਜਿਹੜੀ ਲਾਈਟਿੰਗ ਦਾ ਨਜ਼ਾਰਾ ਵਾ ਔਰ ਭਵ ਦੀਪ ਜਿਹੜੇ ਆ ਉਹ ਕੱਲ੍ਹ ਤੋਂ ਹੀ ਜਲਣੇ ਸ਼ੁਰੂ ਹੋ ਜਾਣੇ, ਔਰ ਆਤਿਸ਼ਬਾਜ਼ੀ ਦਾ ਨਜ਼ਾਰਾ, ਔਰ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਜਿਹੜੇ ਵੱਖ ਵੱਖ ਥਾਵਾਂ, ਲੇਕਿਨ ਮੈਡਿੰਗ ਇਨਕਲੇਵ ਜਿਹੜਾ ਵਾ ਉਹ ਬਿਲਕੁਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿੱਥੇ ਦੇਖ ਨਜ਼ਰ ਦਿਖਾਈਏ ਉੱਥੇ ਹੀ ਲਾਈਟਿੰਗ ਹੀ ਲਾਈਟਿੰਗ ਹੈਗੀ ਆ। ਸੋ ਇੱਕ ਵਾਰ ਦੀਪਾਵਲੀ ਵਾਲਾ ਵਰਗਾ ਮਾਹੌਲ ਜਿਹੜਾ ਵਾ ਉਹ ਇੱਥੇ ਮੈਡੀਕਲ ਇਨਕਲੇਵ ਦੇ ਵਿੱਚ ਜਿਹੜਾ ਨਜ਼ਰ ਆ ਰਿਹਾ ਵਾ, ਉਹ ਹਰ ਕੋਈ ਜਿਹੜਾ ਵਾ ਘਰ ਦੇ ਵਿੱਚ ਭਗਵਾਨ ਰਾਮ ਦੇ ਜਿਹੜੇ ਜਕਾਰੇ ਦੇ ਨਾਲ ਨਾਲ ਭਜਨ ਕੀਰਤਨ ਲਾ ਰਿਹਾ, ਔਰ 22 ਜਨਵਰੀ ਦੇ ਇਤਿਹਾਸਿਕ ਪਲ ਨੂੰ ਜਿਹੜਾ ਵਾ ਉਡੀਕ ਰਿਹਾ ਵਾ ਕਿ ਕਦੋਂ ਜਦੋਂ ਉਹਨਾਂ ਦੇ ਸੁਪਨੇ ਪੂਰੇ ਹੋਣਗੇ ਔਰ ਕਦੋਂ ਜਿਹੜਾ 500 ਵਰਸ਼ ਦਾ ਜਿਹੜਾ ਇਤਿਹਾਸ ਹੈਗਾ ਭਗਵਾਨ ਰਾਮ ਜੀ ਦਾ ਉਹ ਪੂਰਾ ਹੋਣ ਜਾਂਦੇ, ਔਰ ਜੀਵਨ ਕਾਲ ਦਾ ਸਭ ਤੋਂ ਇਤਿਹਾਸਿਕ ਪਲ ਹੋਏਗਾ, ਔਰ ਹਰ ਕੋਈ ਕਹਿੰਦਾ ਕਿ ਮੇਰਾ ਜੀਵਨ ਧੰਨ ਹੋ ਗਿਆ ਕਿ ਮੈਂ ਭਗਵਾਨ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਆਪਣੇ ਜੀਵਨ ਕਾਲ ਦੇ ਵਿੱਚ ਜਿਹੜਾ ਵਾ ਅਯੋਧਿਆ ਵਿੱਚ ਰਾਮ ਮੰਦਿਰ ਵਿੱਚ ਦੇਖ ਲਿਆ ਵਾ, ਔਰ ਹਰ ਕਿਸੇ ਦੀ ਵੀ ਇੱਛਾ ਹੈਗੀ ਆ ਕਿ ਉਹ ਅਯੋਧਿਆ ਜਾ ਕੇ ਜਿਹੜਾ ਵਾ ਭਗਵਾਨ ਰਾਮ ਜੀ ਦੇ ਦਰਸ਼ਨ ਕਰਨ, ਰਾਮਲੱਲਾ ਦੇ ਦਰਸ਼ਨ ਕਰਨ, ਲੇਕਿਨ ਜਿਹੜਾ ਵਾ ਉੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਗਈ ਆ। ਕੱਲ੍ਹ ਐਤਵਾਰ ਹੈਗਾ ਔਰ ਪਰਸੋਂ ਜਿਹੜੀ ਆ ਸੋਮਵਾਰ ਜਿਹੜਾ ਵਾ ਪ੍ਰਾਣ ਪ੍ਰਤਿਸ਼ਠਾ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਉਹ ਉਹਨਾਂ ਦੇ ਨਾਲ ਪੂਰੀ ਕੇਂਦਰ ਦੀ ਸਰਕਾਰ ਪੂਰੀ ਦੁਨੀਆ ਦੇ ਲੋਕ ਜਿਹੜੇ ਆ ਉੱਥੇ ਸਾਕਸ਼ੀ ਹੋਣਗੇ, ਔਰ ਉਸ ਪਲ ਦਾ ਹਰ ਕੋਈ ਇੰਤਜ਼ਾਰ ਕਰ ਰਿਹਾ, ਲੇਕਿਨ ਮੱਥਾ ਟੇਕਣ ਵੀ ਜਾਣਾ, ਲੇਕਿਨ ਉੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਆ। ਸੋ ਹਰ ਕੋਈ ਜਿਹੜਾ ਵਾ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਬਿਲਕੁਲ ਉੱਥੇ ਸ਼ਰਧਾ ਦਾ ਜਿਹੜਾ ਸੈਲਾਬ ਉਹ ਉਮੜਦਾ ਰਹੇਗਾ।